ਦੇ ਮਿੱਤਰੋ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਆ? ਗੁੱਡ ਮਾਰਨਿੰਗ, ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ। ਸ਼ੁਰੂ ਕਰਦੇ ਅੱਜ ਦਾ ਵਲੌਗ। ਸਾਡੇ ਜਿਹੜਾ ਮੌਸਮ ਰਹਿ ਰਿਹਾ ਹੁਣ ਇਸ ਤਰ੍ਹਾਂ ਦਾ ਰਹਿ ਰਿਹਾ, ਫੌਗੀ, ਪੂਰਾ ਫੌਗੀ ਹੈ ਕਿ ਸਮੋਕੀ ਆ, ਧੂੰਆਂ ਧਾਂ ਬਹੁਤ ਚੜਿਆ ਪਿਆ ਪਰਾਲੀਆਂ ਦਾ। ਹਜੇ ਮੀਂਹ ਮੂੰਹ ਪਊਗਾ, ਫਿਰ ਜਾ ਕੇ ਕਿਤੇ ਆਪਣੇ ਜਿਹੜਾ ਆ ਸੁਧਾਰ ਹੋਣਾ ਆ ਥੋੜ੍ਹਾ ਜਿਹਾ ਮੌਸਮ ਦਾ। ਅਤੇ ਠੰਡ ਹੋਊਗੀ, ਠੰਡ ਤਾਂ ਹੋਊਗੀ ਵੈਸੇ, ਪਰ ਫਿਰ ਠੰਡ ਵੀ ਹੋ ਜੂਗੀ ਅਤੇ ਬਾਕੀ ਜਿਹੜਾ ਧੂੰਆਂ ਤਾਂ ਜਾ ਉੱਤਰ ਜੂਗਾ ਮੀਂਹ ਦੇ ਨਾਲ। ਅਤੇ ਚਲੋ ਜੀ, ਕਰਦੇ ਸ਼ੁਰੂ ਅੱਜ ਦਾ ਵਲੌਗ। ਅਤੇ ਅੱਜ ਦਾ ਵਲੌਗ ਫਿਰ ਥੋੜ੍ਹਾ ਖਾਸ ਹੋਣ ਵਾਲਾ, ਕਿਉਂਕਿ ਮਹਿਕਦੀਪ ਦੇ ਕੱਪੜੇ ਜਿਹੜੇ ਆ ਅੱਜ ਲੈਣ ਚੱਲਿਆ, ਫੜਨ ਚੱਲਿਆ। ਵੈਸੇ ਸਾਨੂੰ 4 ਤਰੀਕ ਦਾ ਕਰਾਰ ਸੀ ਅਤੇ ਅੱਜ ਆਪਾਂ 7 ਤਰੀਕ ਨੂੰ ਚੱਲੇ ਹਾਂ, ਕਿਉਂਕਿ 2 ਦਿਨ ਤਾਂ ਟੈਟੂ ਬਣਾਉਣ 'ਚ ਲੰਘ ਗਏ, 1 ਦਿਨ ਸਾਨੂੰ ਕੈਥਲ ਜਾਣਾ ਪਿਆ, ਸੋ ਇਸ ਕਰਕੇ ਫਿਰ ਅਸੀਂ ਲੇਟ ਹੋ ਗਏ। ਅਤੇ ਕੋਈ ਗੱਲ ਨਹੀਂ, ਚਲੋ ਅੱਜ ਆਪਾਂ ਜਿਹੜਾ ਆਪਣੇ ਕੱਪੜੇ ਫੜ ਲਈਏ, ਕਿਉਂਕਿ ਮੈਨੂੰ ਐਂ ਆ ਵੀ ਟਾਈਮ ਨਾਲ ਯਾਰ ਨਿਬੇੜ ਕੇ ਪਰੇ ਕਰੀਏ ਕੰਮ, ਹੈ ਨਾ। ਅਤੇ ਫਿਰ ਪਾਪੇ ਦੀ ਤਾਂ ਹੁਣ ਅੱਜ ਤਾਂ ਪਾਪਾ ਕਿਤੇ ਕੰਮ ਗਿਆ ਵਾ, ਕੋਈ ਨਹੀਂ, ਪਾਪੇ ਤਾਂ ਬਠਿੰਡੇ ਵੀ ਫੜਨੇ ਆ, ਉਹ ਤਾਂ ਫੜ ਦੇਵਾਂਗੇ। ਅਤੇ ਬਾਕੀ ਜਿਹੜੇ ਆ ਦੂਜੇ ਕੱਪੜੇ ਆ, ਕੁੜਤੇ ਪਜਾਮੇ, ਉਹ ਤਾਂ ਮੰਡੀ ਹੀ ਆ, ਉਹ ਤਾਂ ਕੋਈ ਕਾਹਲ ਨਹੀਂ ਹੈਗੀ, ਹੈ ਨਾ। ਇਹ ਮਲੇਰਕੋਟ ਲੇਤੇ ਹੋਏ ਤਾਂ ਕਰਕੇ, ਅਤੇ ਬਾਕੀ ਅੱਜ ਚੱਲਦੇ ਹਾਂ, ਅੱਜ ਹੋ ਸਕਦਾ ਜੋ ਤਰਗੀਆਂ ਨਾਲ ਹੀ ਜਾਣ, ਬਾਕੀ ਪਤਾ ਨਹੀਂ ਹਜੇ। ਹੋ ਸਕਦਾ ਨਹੀਂ, ਜਾਣਾ ਹੀ ਆ ਮੈਂ, ਨਹੀਂ ਤਾਂ ਮੈਨੂੰ ਘਰੇ ਹੀ ਛੱਡ ਜਾ। ਕਿਉਂ? ਰਿੱਕੀ ਬਾਈ ਤੇ ਡਿਪੈਂਡ ਆ, ਮੈਂ ਕੀ ਕਰਨ ਚੱਲੀ ਆ, ਮੈਨੂੰ ਮੇਰਾ ਤਾਂ ਫਿਰ ਕੋਈ ਕੰਮ ਹੀ ਹੈ ਨਹੀਂ, ਮੈਨੂੰ ਘਰੇ ਛੱਡ ਜਾ। ਚੱਲ ਚੱਲ ਬੜੀ ਨਾਲ, ਉਦਾਂ ਕਿਹਾ ਤੈਨੂੰ, ਗੁੱਸੇ ਕਾ ਤੇ ਨਹੀਂ ਆ। ਚਲੋ ਕੋਈ ਗੱਲ ਨਹੀਂ, ਇੰਨਾ ਕੁ ਤਾਂ ਚੱਲਦਾ ਹੀ ਆ। ਅਤੇ ਚਲੋ ਜੀ ਚੱਲੀਏ ਅਤੇ ਕਰੀਏ ਸ਼ੁਰੂ ਅੱਜ ਦਾ ਵਲੌਗ, ਵੇਖਦੇ ਫਿਰ ਕੀ ਬਣਦਾ ਜੁੜਦਾ, ਅਤੇ ਕਿੱਦਾਂ ਦੀ ਫਿਟਿੰਗ ਫੁਟਿੰਗ ਆਪਣੀ ਰਹਿੰਦੀ ਕੱਪੜਿਆਂ ਦੀ ਵੈਸੇ, ਕਿਉਂਕਿ ਇਸ ਵਾਰੀ ਜਿਹੜਾ ਮੇਰੇ ਨਾਲ ਰਿੱਕੀ ਬਾਈ ਗਿਆ ਸੀਗਾ, ਜੋ ਕਿ ਫਾਰਮਲ ਕੱਪੜਿਆਂ ਦੇ ਵਿੱਚ ਜਿਹੜਾ ਆ ਮਾਸਟਰ ਹੈ, ਮਾਸਟਰ ਕਰੀਏ ਸ਼ੁਰੂ ਅੱਜ ਦਾ ਵਲੌਗ 12:45 ਤੇ ਪਹੁੰਚੀਏ ਪਹਿਲਾਂ ਬਰਨਾਲੇ, ਫਿਰ ਉਸ ਤੋਂ ਅੱਗੇ ਚੱਲੀਏ। ਸਤਿ ਸ੍ਰੀ ਅਕਾਲ ਜੀ, ਮੇਰੇ ਐਡਵਾਈਜ਼ਰ ਆਏ। ਮੈਂ ਅੱਜ ਵਲੌਗ 'ਚ ਦੱਸਿਆ, ਮੈਂ ਕਿਹਾ ਬਾਈ ਨੇ ਐਤਕੀ ਮੈਨੂੰ ਥੋੜ੍ਹਾ ਜਿਹਾ ਸਟਾਈਲ ਦੱਸਿਆ ਵੀ ਇੱਦਾਂ ਢਿੱਡ 'ਤੇ ਪੈਂਟ ਬੰਨਣੀ ਆ ਆਪਾਂ, ਕਹਿੰਦਾ ਵਾ ਮੈਂ ਕਿਹਾ ਵੀ ਮਾਸਟਰ ਹੈ ਤੁਹਾਨੂੰ ਤੇ ਤੁਸੀਂ ਪਤਾ ਬਹੁਤ ਰੈਫਰੈਂਸ ਦਿੰਦੇ ਹੋ ਇਹ ਅੱਜ ਇਹਨਾਂ ਨੂੰ, ਕੱਲ੍ਹ ਸਾਡੀ ਰਿਸ਼ਤੇਦਾਰੀ 'ਚ ਉਹਨਾਂ ਬਾਹਰੋਂ ਆਇਆ ਮੁੰਡਾ, ਉਹਨਾਂ ਨੇ ਕੋਟ ਪੈਂਟ ਬਣਾਉਣਾ ਸੀ, ਉਹਨਾਂ ਨੇ ਸਪੈਸ਼ਲ ਕਹਿੰਦੇ ਵੀ ਜ਼ਿਆਦਾ ਬਾਈ ਨੂੰ ਲੈਣ ਸੀਗਾ ਕੜੀ ਚੌਲ, ਹੁਣ ਗਲਾਸ ਰੱਖਣ ਦੀ ਤਾਂ ਤਾਂ ਨਹੀਂ ਲੱਭਦੀ, ਸੇਵਾ ਕਰਾਈ ਜਾਂਦੀਆਂ, ਲਓ ਵੀ ਪਹੁੰਚ ਗਏ ਮਲੇਰਕੋਟਲੇ। ਹਾਂਜੀ ਕੋਈ ਨੀ, ਝਾੜ ਦਿੰਦੇ ਜੀ, ਉਹ ਸਾਰਾ ਹੀ ਸਮਾਨ ਚੱਕੀ ਜਾਂਦੀ ਤਕਦੀਰ। ਲਓ ਬਈ ਮਹਿਕਦੀਪ ਦਾ ਕੋਟ ਪੈਂਟ ਲੈਣ ਆ ਗਏ ਆਪਾਂ ਮਲੇਰਕੋਟਲੇ, ਅੱਜ ਮਨਪ੍ਰੀਤ ਤੇ ਮੈਂ ਵੀ ਨਾਲ ਆਈਆਂ, ਅੱਜ ਕਹਿੰਦੇ ਟ੍ਰੈਫਿਕ ਬਹੁਤ ਆ, ਮਨਪ੍ਰੀਤ ਕਹਿੰਦੀ ਅੱਧਾ ਟ੍ਰੈਫਿਕ ਤਾਂ ਅਸੀਂ 2 ਜਣੀਆਂ ਲੱਗਦੀਆਂ ਹੋਣੀਆਂ, ਇੱਧਰ ਨੂੰ ਹੋ ਜਾ। ਹਾਂ ਵੀ ਚੱਕ ਤਾਂ ਹੋਰ ਮੜੀ ਸੋਨੀ, ਪੇਸਟਿੰਗ ਵਾਲੀ ਬਣਾਈ ਹੈ ਨਾ ਆਪਾਂ, ਪੇਸਟਿੰਗ ਕਿਹਾ ਸੀਗਾ ਨਾ ਯਾਰ, ਪੇਸਟਿੰਗ ਤਾਂ ਹੈ ਨਹੀਂ, ਨਹੀਂ ਪੇਸਟਿੰਗ ਕਰੀ ਨਹੀਂ ਵੀ ਨਹੀਂ ਦੇਖੀ ਭਰਾ। ਤਕਦੀਰ ਨੂੰ ਮੈਨੂੰ ਲੱਗਦਾ ਮਹਿਕਦੀਪ ਦੀ ਆਊਟਫਿਟ ਜ਼ਿਆਦਾ ਪਸੰਦ ਆ ਗਈ, ਮੋਹਰੇ ਹੋਇਓ ਇੱਧਰ ਥੋੜ੍ਹਾ ਦੂਰ ਹੋਵੋ,
सोहनी लग रही है, बस पेस्टिंग करा लो। हेलो, थानू किद्दा लगा? की कहंदे इहनू? हजे बूट नहीं है, पग नहीं हैगी, ओहदे नाल लुक आऊगी, क्रिएट होगी। घड़ी तां लाउंदे नहीं, इह पसंद नहीं। चेन वाली घड़ी मैक दी पला दे, ओ हुण चाय कर गए। की करना वीरे बंदे ने? पेस्टिंग रह गई है बस, बाकी तां डन आ। दर्शकां ने दित्ता सी इह रेफरेंस, दर्शक नाले ही आए आ। जवाक खेडी जांदे आ थल्ले। आए हाय, पांचवी छेवी फन चलता था पहला, कोट पैंट ले आजो। मैं आउंदी हुई आई सी लेके। हां देखो, मैं चक के चढ़दा। औखा चढ़ना, औखा मैं लेके गई सी ऊपर तक। आ मलेरकोटले दा सरहंदी गेट, गड्डी लाई आपां पार्किंग ते ਝਾਰ ਰੋ ਰਿਹਾ, ਭੁੱਖ ਲੱਗੀ ਉਹਨੂੰ। ਉਹਦੇ ਵਾਸਤੇ ਆਪਾਂ ਕੇਲੇ ਲਏ ਆ, ਕਿਉਂਕਿ ਜਵਾਕ ਤਾਂ ਨਾਲ ਔਖੇ ਬਹੁਤ ਹੁੰਦੇ ਯਾਰ। ਇੱਦਾਂ ਇਹ ਦਹੀਂ ਪੁੱਛਦੇ ਫਿਰ ਰਹੇ ਆ, ਦਹੀਂ ਮਿਲ ਨਹੀਂ ਰਹੀ ਵੇਰਕਾ ਵਾਲੀ। ਮੈਂ ਲਿਆਉਣਾ। ਲਓ ਵੀ ਦਹੀਂ ਦਾ ਪੈਕਟ ਲੈ ਕੇ ਹੁਣ ਆਪਾਂ ਚੱਲਿਆ ਆਇਆ ਸਰਹੰਦੀ ਗੇਟ। ਮਲੇਰਕੋਟਲਾ ਵੀ ਵੈਸੇ ਵਰਲਡ ਸਿਟੀ ਸੀਗਾ, ਸਰਹੰਦੀ ਗੇਟ, ਦਿੱਲੀ ਗੇਟ, ਧੂਰੀ ਗੇਟ, ਇੱਥੇ ਸਾਰੇ ਆ ਨਾ। ਹਾਂ, ਓਲਡ ਸਿਟੀ ਪੁਰਾਣੀ ਇਹਦੇ ਅੰਦਰ ਅੰਦਰ ਸੀ। ਅਤੇ ਅੱਜ ਮੈਂ ਬੂਟ ਇੱਕ ਹੋਰ ਜੋੜਾ ਲੈ ਕੇ ਜਾਣਾ, ਕੁੜਤੇ ਵੀ ਮੈਨੂੰ ਪਾਉਣ ਨੂੰ। ਅਤੇ ਉੱਧਰ ਵੀ ਹੁਣ ਤੁਰ ਕੇ ਜਾਣਾ, ਗੱਡੀ ਅਸੀਂ ਪਾਰਕਿੰਗ ਤਾਂ ਲਾ ਦੀ ਕਿਉਂਕਿ ਇਹਨਾਂ ਭੀੜੀਆਂ ਗਲੀਆਂ 'ਚ ਗੱਡੀ ਆਉਂਦੀ ਨਹੀਂ ਗੀ, ਤੁਰ ਕੇ ਆਉਣਾ ਪੈਂਦਾ। ਬਾਕੀ ਦੇਖਦੇ ਹਾਂ ਕੀ ਬਣਦਾ। ਹਾਏ ਹਾਏ, ਜਵਾਕ ਚੱਕ ਕੇ ਵਿਆਹ 2 ਘੰਟਿਆਂ ਦਾ ਹੁੰਦਾ, ਓਦਾਂ 2 ਮਹੀਨਿਆਂ ਦਾ ਹਨਾ। ਸ਼ੋਪਿੰਗ ਹੀ ਨਹੀਂ ਮੁੱਕਦੀ, ਮੁੱਕ ਨਹੀਂ ਰਹੀ ਆਪਣੀ। ਦੇਖ ਲਾ, ਬੰਦਿਆਂ ਦੀ ਘੰਟੇ ਦਾ ਕੰਮ ਹੁੰਦਾ ਨਾ, 10 ਮਿੰਟਾਂ 'ਚ ਨਿਬੇੜ ਕੇ ਪੜੇ ਕੰਮ। ਦੂਰ ਬਹੁਤ ਆ ਬੂਟਾਂ ਦਾ ਯਾਰ, ਤੇ ਆਪਾਂ ਕਿਸੇ ਹੋਰ ਸ਼ਾਪ ਤੋਂ ਦੇਖਾਂਗੇ, ਉਹਨਾਂ ਦੇ ਨਹੀਂ ਜਾਂਦੇ ਜਿੱਥੇ ਉਦੇ ਲਿਆਂਦੇ ਸੀ, ਕਿਉਂਕਿ ਹਨੇਰਾ ਬਹੁਤ ਹੋ ਗਿਆ ਯਾਰ। ਪਿੰਡ ਪਤਾ ਨਹੀਂ ਕਿਹੜੇ ਵੇਲੇ ਪਹੁੰਚਾਂਗੇ। ਤਕਦੀਰ ਬਹੁਤ ਰਿਹਾੜ ਕਰੀ ਜਾਂਦੀ ਸੀ, ਇਸ ਕਰਕੇ ਮੈਂ ਉਹਨੂੰ ਲੈ ਕੇ ਗੱਡੀ 'ਚ ਆਇਆ ਹੁਣ। ਚੋਹ ਧੋਣੀ ਮਗਰ ਆਉਂਦੇ ਆ, ਕਿਉਂਕਿ ਬਾਈ ਰਿੱਕੀ ਹੁਣ ਕੰਮ ਸੀ ਆਪਦਾ, ਉਹ ਨਪਟਾਈ ਜਾਂਦੇ ਆ। ਤਾਂ ਹੁਣ ਆਪਾਂ ਚੱਲੀਏ ਗੱਡੀ 'ਚ, ਭੁੱਖ ਵੀ ਬਹੁਤ ਲੱਗੀ ਪਈ ਆ ਯਾਰ, ਕੁਛ ਖਾਂਦੇ ਪੀਂਦੇ ਹਾਂ। ਗੁਰਦੀਪ ਸੀ ਲੋ ਵੀ ਕੁੰਭ ਦੇ ਮੇਲੇ 'ਚ, ਮੈਂ ਮਨਪ੍ਰੀਤ ਦੋਨੇ ਗਵਾਚ ਗਈਆਂ ਕੁੰਭ ਦੇ ਮੇਲੇ 'ਚ। ਨਹੀਂ ਮੀਰਾ ਕਹਿੰਦਾ ਇੱਥੇ ਘੁੰਮੀ ਜਾਂਦੀਆਂ ਆ, ਵੀਰਾ ਆਪ ਭਾਵੇਂ ਆਟੋ 'ਚ ਬਹਿ ਕੇ ਆਉਂਦਾ ਹੋਵੇ ਮਗਰੋਂ। ਇੱਧਰ ਨੂੰ ਤਾਂ ਨਹੀਂ ਮੁੜਨਾ ਸੀ ਲੋ ਵੀ, ਅਸੀਂ ਦੋਨੇ ਜਾਣੀਆਂ। ਇੱਥੇ ਕਾਰੀਗਰ ਬਹੁਤ ਹੀ ਆ ਨਾ। ਸਰਹੰਦ ਗੇਟ ਕਿੱਧਰ ਆ? ਠੀਕ ਆ ਵੀਰੇ, ਥੈਂਕ ਯੂ। ਅਸੀਂ ਪੁੱਛ, ਅਸੀਂ ਤਾਂ ਬਹੁਤ ਗਾਂਹ ਲੰਘ ਗਈਆਂ ਸੀਗੀਆਂ ਗੱਲਾਂ ਕਰਦੀਆਂ ਕਰਦੀਆਂ, ਤੇ ਹੁਣ ਅਸੀਂ ਆਪਣੇ ਸਥਾਨ ਤੇ ਪਹੁੰਚ ਕੇ ਫਿਰ ਤੁਹਾਨੂੰ ਮੈਂ ਕਰਦੇ ਹਾਂ ਗੱਲਬਾਤ ਤੁਹਾਡੇ ਨਾਲ।
ਮਲੇਰਕੋਟ ਲੈ ਆਏ ਸੀ ਅਸੀਂ ਲੈ 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 ਇਕੱਠੀਆਂ ਹੀ ਲੰਘੀਆਂ ਅਸੀਂ ਕਿਉਂ ਲੰਘੀਆਂ ਸੀ ਇਕੱਠੀਆਂ ਸਿੱਧੀਆਂ ਵੜ ਗਈਆਂ ਆ ਗੇਟ ਤੇ ਆਉਣਾ ਸੀ ਅਸੀਂ ਤੇ ਪਤਾ ਹੀ ਨਹੀਂ ਕਿੱਧਰ ਨੂੰ ਚੱਲ ਗਈਆਂ ਸੀ ਮਾਸਾ ਹੀ ਗੇਟ ਲੱਭਾ ਹੁਣ ਅਸੀਂ ਚੱਲੇ ਆ ਪਾਰਕਿੰਗ 'ਚ ਓਹੋ ਆ ਓਹੋ ਜਿੱਥੋਂ ਆਪਾਂ ਉਹ ਲਿਆ ਸੀ ਹੈ ਨਾ ਲੋ ਵੀ ਫਾਈਨਲੀ ਅਸੀਂ ਪਹੁੰਚ ਗਏ ਆਪਣੇ ਹਸਬੈਂਡਾਂ ਕੋਲ बच्चा पार्टी तो गई सौ तकदीर भी सौ गई जुझार भी सौ गया तो आप उद्दे थ आ गए जीरू रहमानी इन्हों बहुत घेंट हों कोरमा कारमा है जीरू रहमानी के जवाक सौ गए हूँ फैमिली हाल च जाना है फैमिली हाल च जाना जीरू रहमानी सिरा ही हैंडमेड गचक हैंडमेड पतीसा खा के देखा बहुत सिरा हूं असि कराई आ दो पतीसे दे क्योंकि मैं पतीसा लवर हाँ दो पतीसे दे डब्बे तीन एक अस जाते खावे दो घरे लगे जाने ते गाचक अद्धा अद्धा किलो वाली थले वाली गोड़ वाली बाली टेस्टी है नजायजो वाद है बाला घंटा फिरनी है ये फिरनी है फिरनी है आहो सही गल बूट कढ़ा रखी है सोहना लग रहा वीरे बहुत बहुत जच रहा अरे क्या बात है खड़का तो करना बंद है मैकी वीरे पाके खड़का जा करके दिखा गल बनी बी जाओ लेके आओ के जल्दी भाई बूट ही बूट भाई बूट ही बूट बूट ही बूट नहीं होंदा भाई ओही पा लैंदा बस ओही पसंद आ इहनू की गल एक पैर दे दिंदा यार दूजा लिया नी आई नी पता एक ही हो भाई ऐ ना करो कि मसा मसा सा पसंद आया बेचारी नू जेडी कर्मा च चीज होवे ओ किते नी जांदी बंदे दे कर्म होने चाहिए आ मिल गया भाई सेकंड पैर भी ना 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 एक तो मैंने तो पाप आ गई धुंधला कीता बस हां भैया सही गल है पुलिस मार के देख लगा कौन से यार आधा छोटा साइज है भाई तू ये साइज हो ही है नहीं यार लैपटॉप ऐसे दिखा दे ना किसी ने ओ खुला करता पापा मैं कि वीरे मन लगा पतला 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 पतला
वाह क्या बात है वीरे, बन गई गल, थोड़ा ढिड अंदर नू करो फिर जमा गल बन जू। वाह 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 वाह, हाइट भी बद गई ओए अद्धा इंच। खुली जीन ना बाले सोने लगे करे भाई। हां हां लंबू स्टाइल गुड, मैं भी बनाने आप दे ली। पाके देखो सत नंबर मैं तो आंदा सीगा ते आंदी अठ नंबर लेके जानी है, अठ पूरी आई है, सत छोटी रहनी है ना, सत छोटी रहनी सी। चलो ये नाम बोलिया रबड़ी दूजी चमड़े दिया चमड़े दिया। चल सौ लैन दे कोई नी, कपड़े फड़न गए सी ना अज आ गाचक भी आप बनाउंदे आ। ओए बेड तो लत मार के ते। हां जी दस्यो कमेंट करके अपनी आउटफिट किदां लगी आ, आपां कोई सस्पेंस नहीं रखा कोई आपदी ड्रेस दे विच कहदा सस्पेंस ना। ते बाकी किदां दे लगे अज मैनू बूट एक होर घेंट लिया है ना, वो मैं तुहानू दिखाते ब्लॉग दे विच ना, उत्थे दिखाते सीगे अज सारा दिन उत्थे लंघ गया हुण कलू फिर जाना आ। ते अज मैकदीप दा ऑलमोस्ट सारा डन हो गया जिहड़ा खरीदा खरादी करनी सी, हुण सिर्फ मैकदीप दे कुर्ते पजामे रह गए जिहड़े आपां फड़ के लियाउणे आ है ना। ते मैकदीप आप वाले बूट लैके आए आ, ये स्पैशल कुर्ते पजामे दे नाल पाउण वाले आ। खाली है बोतल तो ले ला, लो भी तकदीर दे ते खलार ते बूट देखो बूट किदां लगे, थोड़े जे कंफर्ट जोन नु देखदे होए कंफर्ट जोन नु देख के वधिया लैंदे आ, ते सोल बहुत पुल्ला ते हौले बहुत आ, सिंपल आ नाले सिंपल आ। एक बूट मैं कहदी ते फैंसी हो गए जेडे कोट पैंट ना पाउणे आ, ठीक आ बाकी आउटफिट ना पाउणे आ। एक ए वाले हो गए ਜਿਹੜੇ ਮੈਂ ਕਦੀ ਭਰੇ ਕੇ ਕੁੜਤੇ ਪਜਾਮੇ ਨਾਲ ਪਾ ਸਕਦੇ ਆ, ਕਿਉਂਕਿ ਬਾਕੀ ਜਿਹੜੇ ਲਿਆਂਦੇ ਆ ਮਤਲਬ ਮੈਨੂੰ ਲੱਗਦਾ ਜਿੰਨੇ ਵੀ ਦੂਜੇ ਵਿਆਹਾਂ 'ਚ ਲਿਆਂਦੇ ਆ ਉਹ ਸਿਰਫ ਉਨੇ ਤੱਕ ਹੀ ਪੈਂਦੇ ਆ, ਮਤਲਬ ਵਿਆਹ ਦੇ ਵਿੱਚ ਹੀ ਪੈਂਦੇ ਆ। ਤੇ ਉਹ ਸੋਚ ਕੇ ਲਿਆਂਦੀ, ਹਾਂ ਐਤਕੀ ਇਹ ਸੋਚ ਕੇ ਲਿਆਂਦਾ ਵੀ ਬਾਅਦ ਵਿੱਚ ਵੀ ਜਿਹੜੀ ਹੰਡ ਜਵੇ, ਚੀਜ਼ ਤਾਂ ਵੈਸੇ ਉਹੀ ਹੁੰਦੀ ਹੈ ਜਿਹੜੀ ਹੰਡ ਜਵੇ। ਤਾਂ ਪਤਲੇ ਪਤਾਵੇ ਲਿਆਂਦੇ ਆ, ਬੰਦ ਕਰਿਓ ਮਣਿਆ ਤੇ ਬਾਕੀ ਜਿਹੜਾ ਹੈ ਨਾ ਇਹ ਸੋਚ ਕੇ ਲਿਆਂਦੇ ਆ ਵੀ ਬਾਅਦ ਚੋਂ ਵੀ ਪੈ ਜਾਣ, ਠੀਕ ਹੈ। ਤੇ ਪਾਪੇ ਦੀਆਂ ਚੱਪਲਾਂ ਲਿਆਂਦੀਆਂ ਕਿਉਂਕਿ ਪਾਪੇ ਦੀਆਂ ਜਿਹੜੀ ਆਪਾਂ ਪਹਿਲਾਂ ਚੱਪਲਾਂ ਲਿਆ ਕੇ ਦਿੱਤੀਆਂ ਸੀ ਉਹ ਟੁੱਟ ਗਈਆਂ ਸੀ ਦੀਵਾਲੀ ਵਾਲੇ ਦਿਨ। ਦੀਵਾਲੀ ਵਾਲੇ ਦਿਨ ਪਾਪਾ ਆਇਆ, ਮੈਂ ਕਿਹਾ ਹੈਪੀ ਦੀਵਾਲੀ ਪਾਪਾ ਜੀ, ਕਹਿੰਦੇ ਮੇਰੀ ਦੀਵਾਲੀ ਤਾਂ ਮੰਨ ਗਈ। ਮੈਂ ਕਿਹਾ ਕੀ ਹੋਇਆ, ਕਹਿੰਦੇ ਮੇਰੀਆਂ ਚੱਪਲਾਂ ਟੁੱਟ ਗਈਆਂ। ਮੈਂ ਕਿਹਾ ਕੋਈ ਗੱਲ ਨਹੀਂ, ਫਿਰ ਮੈਨੂੰ ਆਇਆ ਸੀਗਾ ਯਾਦ ਸੀਗਾ ਮੈਂ ਕਿਹਾ ਉੱਥੋਂ ਲਵਾਂਗੇ, ਉੱਥੇ ਹੈਂਡਮੇਡ ਹੀ ਹੈ ਸਾਰਾ ਕੁਛ ਵੀ ਉਹ ਸਪੈਸ਼ਲ ਬਣਾਉਂਦੇ ਆ। ਸੋਲ ਬਹੁਤ ਜ਼ਿਆਦਾ ਕੰਫਰਟੇਬਲ ਆ, ਪਾਪੇ ਦੀਆਂ ਜਿਹੜੀਆਂ ਚੱਪਲਾਂ ਲਿਆਂਦੀਆਂ ਉਹ ਵੀ ਬਹੁਤ ਜ਼ਿਆਦਾ ਸੌਫਟ ਆ,
ਤੇ ਚਲੋ ਜੀ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਵਲੌਗ ਕਿਹੋ ਜਿਹਾ ਲੱਗਾ ਤੇ ਆ ਹੁਣ ਇਹਨੂੰ ਆਏ ਆ ਵੀ ਪਤਾ ਨਹੀਂ ਕੀ ਚੱਕੀ ਫਿਰਦੇ ਆ ਸੋ ਕਰਦੇ ਇਕੱਠਾ ਸਮਾਨ ਤੇ ਮਿਲਦੇ ਹਾਂ ਨਵੇਂ ਵਲੌਗ ਦੇ ਨਾਲ ਬਾਏ ਬਾਏ ਜੀ ਗੁੱਡ ਨਾਈਟ।